ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪ ਸਭ ਜੀ ਦਾ ਸਵਾਗਤ ਹੈ। ਪਿਆਰੇ ਦੋਸਤੋ, ਹਾਜ਼ਰ ਹੋਏ ਹਾਂ ਅੱਜ ਦੀ ਵੱਡੀ ਅਪਡੇਟ ਦੇ ਨਾਲ। ਸੋ ਦੋਸਤੋ, ਮੁਲਾਜ਼ਮ ਸਾਥੀਆਂ ਦੇ ਲਈ ਹੁਣੇ ਹੁਣੇ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮੁਲਾਜ਼ਮ ਸਾਥੀਆਂ ਦੀ ਲੰਬੇ ਸਮੇਂ ਦੀ ਮੰਗ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਅਤੇ ਦੋਸਤੋ ਇਸ ਮੰਗ ਨੂੰ ਪੂਰਾ ਕੀਤਾ ਗਿਆ ਹੈ। ਦੋਸਤੋ, ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ। ਦੋਸਤੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਇਸ ਚੈਨਲ ਦੇ ਰਾਹੀਂ ਤੁਹਾਨੂੰ ਅਸੀਂ ਮੁਲਾਜ਼ਮ ਅਤੇ ਪੈਨਸ਼ਨਰ ਸਾਥੀਆਂ ਦੇ ਸੰਬੰਧੀ ਹਰ ਇੱਕ ਜਾਣਕਾਰੀ ਦਿੰਦੇ ਹਾਂ। ਸੋ ਦੋਸਤੋ, ਆਓ ਅਸੀਂ ਹੁਣ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਪੰਜਾਬ ਸਰਕਾਰ ਵੱਲੋਂ ਇੱਕ ਇਹ ਵਾਲਾ ਪੱਤਰ ਜਾਰੀ ਹੋਇਆ ਹੈ ਜਿਸ ਦਾ ਵਿਸ਼ਾ ਹੈ ਪਾਲਿਸੀ ਫੋਰ ਵੈਲਫੇਅਰ ਆਫ ਅਡਹੋਕ ਕੰਟਰੈਕਚੁਅਲ ਡੇਲੀ ਵੇਜਿਸ ਵਰਕ ਚਾਰਜਡ ਐਂਡ ਟੈਂਪਰੇਰੀ ਇੰਪਲੋਇਡ। ਦੋਸਤੋ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ 2/8/2023 ਨੂੰ ਸਵੇਰੇ 10 ਵਜੇ ਮਾਨਯੋਗ ਸਕੱਤਰ ਪਰਸੋਨਲ ਵਿਭਾਗ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਹੋਏ ਵਿਚਾਰ ਵਟਾਂਦਰੇ ਅਨੁਸਾਰ ਆਪ ਜੀ ਨੂੰ ਹੇਠ ਲਿਖੇ ਅਨੁਸਾਰ ਲਿਖਿਆ ਜਾਂਦਾ ਹੈ। ਇਸ ਸੰਬੰਧੀ ਵੈਰੀਫਾਈ ਅਫਸਰ ਲਗਾਏ ਜਾਣ ਅਤੇ ਵੈਰੀਫਾਈ ਅਫਸਰਾਂ ਦੇ ਨਾਮ ਮੋਬਾਈਲ ਨੰਬਰ 2 ਦਿਨਾਂ ਦੇ ਅੰਦਰ ਅੰਦਰ ਇਸ ਦਫ਼ਤਰ ਨੂੰ ਭੇਜੇ ਜਾਣ ਤਾਂ ਜੋ ਵੈਰੀਫਾਈ ਅਫਸਰਾਂ ਦੀ ਯੂਜ਼ਰ ਆਈਡੀ ਬਣਾਈ ਜਾ ਸਕੇ। ਗਰੁੱਪ ਸੀ ਗਰੁੱਪ ਡੀ ਦੇ ਮੁਲਾਜ਼ਮਾਂ ਜੋ ਕਿ ਇਸ ਪਾਲਿਸੀ ਵਿੱਚ ਕਵਰ ਹੁੰਦੇ ਹਨ ਉਹਨਾਂ ਦੀ ਜਾਣਕਾਰੀ ਕੈਟੇਗਰੀ ਵਾਈਜ਼, ਅਹੁਦੇ ਵਾਈਜ਼, ਗਿਣਤੀ ਵਾਈਜ਼ ਭੇਜੀ ਜਾਵੇ। ਇਸ ਤੋਂ ਇਲਾਵਾ ਇਹਨਾਂ ਉਮੀਦਵਾਰਾਂ ਦਾ ਰਜਿਸਟਰ ਤਿਆਰ ਕੀਤਾ ਜਾਵੇ। ਤਿਆਰ ਕੀਤੇ ਜਾਣ ਵਾਲੇ ਰਜਿਸਟਰ ਦਾ ਫਾਰਮ ਅਨੈਕਸ਼ਰ ਊੜਾ ਦੇ ਨੱਥੀ ਕੀਤਾ ਜਾਵੇ। ਯੋਗ ਉਮੀਦਵਾਰਾਂ ਦੀ ਗਿਣਤੀ ਸੰਬੰਧੀ ਇਸ ਦਫ਼ਤਰ ਨੂੰ ਜਾਣੂ ਕਰਵਾਇਆ ਜਾਵੇ। ਯੋਗ ਉਮੀਦਵਾਰ ਵੱਲੋਂ ਇਸ ਫਾਰਮ ਨੂੰ ਭਰਨ ਦੀ ਆਖਰੀ ਮਿਤੀ 31/8/2023 ਹੈ। ਯੋਗ ਉਮੀਦਵਾਰ ਵੱਲੋਂ employment.punjab.gov.in ਇੰਡੈਕਸ ਵੈਬਸਾਈਟ 'ਤੇ ਫਾਰਮ ਭਰਿਆ ਜਾਣਾ ਹੈ। ਉਮੀਦਵਾਰ ਵੱਲੋਂ ਇਹ ਫਾਰਮ ਕਿਸ ਤਰ੍ਹਾਂ ਭਰਿਆ ਜਾਣਾ ਹੈ ਸੰਬੰਧੀ ਸਟੈਪ ਅਨੈਕਸ਼ਰ ਆੜਾ ਵਿੱਚ ਦਿੱਤੇ ਗਏ ਹਨ। ਇਹਨਾਂ ਫਾਰਮਾਂ ਨੂੰ ਵੈਰੀਫਾਈ ਅਫਸਰ ਵੱਲੋਂ ਵੈਰੀਫਾਈ ਕੀਤਾ ਜਾਣਾ ਹੈ। ਇਸ ਲਈ ਇਹਨਾਂ ਫਾਰਮਾਂ ਨੂੰ ਤੁਰੰਤ ਵੈਰੀਫਾਈ ਕੀਤਾ ਜਾਵੇ। ਫਾਰਮ ਨੂੰ ਵੈਰੀਫਾਈ ਕਰਨ ਲਈ ਆਖਰੀ ਮਿਤੀ 30/9/2023 ਹੈ। ਇਸ ਤੋਂ ਇਲਾਵਾ ਵਿਸ਼ਾ ਅੰਕਿਤ ਪਾਲਿਸੀ ਨੂੰ ਅਡਾਪਟ ਕਰਨ ਲਈ ਮਤੇ ਦੇ ਰੂਪ ਵਿੱਚ ਹਾਊਸ ਤੋਂ ਪ੍ਰਵਾਨ ਕਰਵਾਇਆ ਜਾਵੇ। ਇਸ ਤੋਂ ਇਲਾਵਾ ਨੱਤੀ ਪਰਫਾਰਮੇ ਵਿੱਚ ਸੂਚਨਾ ਹਰ ਹਫ਼ਤੇ ਸੋਮਵਾਰ ਨੂੰ ਇਸ ਦਫ਼ਤਰ ਦੀ ਈਮੇਲ ਆਈਡੀ 'ਤੇ ਭੇਜਣੀ ਯਕੀਨੀ ਬਣਾਈ ਜਾਵੇ। ਦੋਸਤੋ, ਜਲਦ ਹੀ ਹੋਰ ਬਾਕੀ ਰਹਿੰਦੇ ਕੱਚੇ ਮੁਲਾਜ਼ਮ ਵੀ ਸਰਕਾਰ ਵੱਲੋਂ ਪੱਕੇ ਕਰ ਦਿੱਤੇ ਜਾਣਗੇ। ਸੋ ਦੋਸਤੋ, ਧੰਨਵਾਦ।